ਦੋ ਦੁਕਾਨਦਾਰਾਂ ਦੇ ਵਿਚਕਾਰ ਖੂਬ ਲਾਠੀ ਡੰਡੇ ਚੱਲੇ, ਜਿਸ ਦੇ ਚੱਲਦੇ 4 ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਦੋਵੇਂ ਦੁਕਾਨਦਾਰ ਅਤੇ ਉਹਨਾਂ ਦੇ ਕਰਿੰਦੇ ਆਪਸ ਦੇ ਵਿੱਚ ਇੱਕ ਦੂਜੇ ਤੇ ਲਾਠੀਆਂ ਬਰਸਾਉਂਦੇ ਨਜ਼ਰ ਆ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦਾ ਇੱਕ ਨੌਕਰ ਰਾਤ ਕਰੀਬ 8 ਵਜੇ ਦੁਕਾਨ ਦੇ ਸਾਹਮਣੇ ਝਾੜੂ ਲਗਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਖੁੱਲੀ ਹੋਈ ਇੱਕ ਸ਼ਾਪ ਦੇ ਮਾਲਕ ਨੇ ਉਸ ਨੂੰ ਟੋਕ ਦਿੱਤਾ। ਵਪਾਰੀ ਦਾ ਤਰਕ ਸੀ ਕਿ ਝਾੜੂ ਦੇ ਕਾਰਨ ਧੂੜ ਉੱਠ ਰਹੀ ਹੈ, ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਬਸ ਇਸੇ ਗੱਲ ਨੂੰ ਲੈ ਕੇ ਦੋਵੇਂ ਵਪਾਰੀਆਂ ਦੇ ਵਿਚਕਾਰ ਵਿਵਾਦ ਵੱਧ ਗਿਆ। ਪਹਿਲਾਂ ਇੱਕ ਦੂਜੇ ਨਾਲ ਗਾਲੀ ਗਲੋਚ ਸ਼ੁਰੂ ਹੋਈ ਅਤੇ ਫਿਰ ਦੋਵੇਂ ਧਿਰਾਂ ਦੇ ਕੁਝ ਲੋਕ ਉੱਥੇ ਪਹੁੰਚੇ ਤੇ ਇੱਕ ਦੂਜੇ ਤੇ ਲਾਠੀ ਡੰਡੇ ਬਰਸਾਉਣੇ ਸ਼ੁਰੂ ਕਰ ਦਿੱਤੇ, ਵਿੱਚ ਸੜਕ ਦੇ ਕਰੀਬ 20 ਮਿੰਟ ਤੱਕ ਹੰਗਾਮਾ ਚੱਲਦਾ ਰਿਹਾ। ਇਸ ਹਮਲੇ ਦੇ ਦੌਰਾਨ ਦੋਵੇਂ ਪੱਖਾਂ ਦੇ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਵੀ ਪਹੁੰਚੀ ਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਇਹ ਘਟਨਾ ਰਿਵਾੜੀ ਦੀ ਇੱਕ ਮਾਰਕੀਟ ਤੋਂ ਸਾਹਮਣੇ ਆਈ ਹੈ, ਜਿੱਥੇ ਬਾਜ਼ਾਰ ਦੇ ਵਿਚਕਾਰ ਲਾਠੀ ਡੰਡੇ ਚੱਲੇ ਨੇ। ਝਾੜੂ ਲਗਾਉਣ ਨੂੰ ਲੈ ਕੇ ਦੋਵੇਂ ਧਿਰਾਂ ਦੇ ਵਿਚਕਾਰ ਹੰਗਾਮਾ ਹੋਇਆ। ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਖੂਬ ਘਸੁੰਨ ਮੁੱਕੇ ਚਲਾਏ ਨੇ ਤੇ ਝਗੜੇ ਦੌਰਾਨ 4 ਲੋਕ ਜ਼ਖਮੀ ਹੋ ਗਏ ਨੇ। ਅਸੀਂ ਤੋਂ ਜੇ ਜੀ ਰਾਤ ਨੂੰ ਆਪਣੇ ਦੁਕਾਨ ਤੇ ਕੰਮ ਕਰ ਰਹੇ ਥੇ, ਹੈ ਜੀ, ਇੱਕਦਮ ਸੇ ਅਚਾਨਕ ਦਿਨ ਕੇ ਇਹਨਾਂ ਨੇ ਆਪਣਾ ਜੋ ਹੈ ਵਰਕਰ ਔਰ ਉਸਕੀ ਵਾਈਫ ਕੋ ਭੇਜਾ ਔਰ ਹਮਾਰੇ ਕੋ ਬਾਹਰ ਆਨੇ ਕੀ ਧਮਕੀ ਦੀ ਔਰ ਫਿਰ ਜੋ ਹੈ ਇਹਨਾਂ ਨੇ ਜੋ ਇੱਕਦਮ ਸੇ ਮਾਰ ਪਿਟਾਈ ਸ਼ੁਰੂ ਕਰ ਦੀ। ਸਾਰੇ ਆ ਗਏ ਦੁਕਾਨ ਕੇ ਸਾਹਮਣੇ ਵਾਲੇ, ਇਹ ਦੁਕਾਨ ਕੇ ਮਾਲਿਕ ਥੇ, ਇਨਕੇ ਦੋ ਇਨਕੇ ਉਨਕੇ ਪੁੱਤਰ ਥੇ ਔਰ ਇੱਕ ਇਨਕੇ ਜੋ ਸਾਥ ਮੇ ਥਾ, ਇਨਕੀ ਦੁਕਾਨ ਕਾ ਹੀ ਭਤੀਜਾ ਇਨਕਾ ਹੈ ਜੀ, ਔਰ ਇਹ ਸਭ 5-6-7 ਜਣੇ ਥੇ ਜੀ। ਇਹਨਾਂ ਸਭ ਨੇ ਆ ਕੇ ਇੱਕਦਮ ਸੇ ਤੇਜ਼ ਧਾਰਦਾਰ ਹਥਿਆਰ ਥੇ, ਇਨਕੇ ਪਾਸ ਡੰਡੇ ਥੇ, ਲੋਹੇ ਕੇ ਸਰੀਏ ਥੇ, ਦੂਰ ਸੇ ਵਾਰ ਫੈਂਕ ਫੈਂਕ ਕੇ ਮਾਰੇ ਜੀ ਹਮਾਰੀ ਦੁਕਾਨ ਕੇ ਉੱਪਰ। ਵਿਵਾਦ ਸੁਬੇ ਜੋ ਹੈ ਜੀ, ਇਹਨਾਂ ਨੇ ਵਰਕਰ ਕੋ ਕਹਾ ਕਿ ਤੂੰ ਬਈ ਝਾੜੂ 12:30 ਵਜੇ ਝਾੜੂ ਲਗਾ, ਇਨਕਾ ਰੋਜ਼ ਕਾ ਕਾਮ ਹੈ ਜੀ। ਇਨਕੋ ਬਾਰ ਬਾਰ ਕਹਾ ਕਿ ਬਈ ਜੋ ਹੈ ਨਾ ਆਪਨੇ ਕਭੀ ਝਾੜੂ ਲਗਾਨੀ ਹੈ, ਝਾੜੂ ਲਗਾਨੀ ਹੈ ਤੋ ਪਾਣੀ ਛਿੜਕ ਦਿਆ ਕਰੇ, ਕਿਉਂਕਿ ਹਮਾਰਾ ਖਾਣੇ ਪੀਣੇ ਕਾ ਸਮਾਨ ਹੈ ਤੋ ਜੇ ਦੂਰ ਤੱਕ ਹਮਾਰੀ ਦੁਕਾਨ ਤੱਕ ਝਾੜੂ ਮਾਰਤੇ ਹੈ, ਬਈ ਐਸਾ ਨਾ ਕਰੇ, ਹਮਾਰੇ ਕੋ ਪਰੇਸ਼ਾਨੀ ਹੋਤੀ ਹੈ, ਹਮ ਬੈਠੇ ਹੈ, ਹਮਾਰੇ ਕੋ ਵੀ ਪਰੇਸ਼ਾਨੀ ਔਰ ਹਮਾਰੇ ਸਮਾਨ ਮੇਂ ਧੂਲ ਮਿੱਟੀ ਜਾਤੀ ਹੈ, ਤੋ ਆਪ ਐਸਾ ਨਾ ਕਰੇ। ਔਰ ਵੋ ਤੋ ਜੋ ਹੈ ਉਸਕੋ ਹਮਨੇ कहा कि भाई ऐसा ना कर, तो वो हमारी दुकान पे ही आ गया हमारे को धमकी देने के लिए, कहते जान से मार दूंगा अगर आज के बाद तुमने हमारे को ऐसा कहा था। फिर उसके बाद ये शाम को जो है ना, और अपने सारे आदमियों को इकट्ठे करके, दुकानदार भी था और दुकानदार के दोनों लड़के और इनका एक भतीजा है जी, ये 6-7 जने थे, मेरे को गिनती तो पता नहीं कितने थे जी, इन्होंने आए और दूर से ही वार करना शुरू कर दिया, तेज धार हथियार भी थे इनके पास, ये नहीं पता इन्होंने एकदम से तेज धार हथियार क्या मारा है, बहुत जबरदस्त तरीके से है ना जी, मैं तो वहीं बेहोश हो गया। क्या नाम आपका?
अभी तो कैसे क्या हुआ था? ये आते हम तो दुकानदारी कर रहे थे जी, आते हमारे पे अटैक कर दिया इन्होंने और लट्ठे उठे हमारे सिरों में। हम दो भाई थे, ये कई सारे दो लड़के, दो वर्कर, एक उसका बाप, इन्हें सारे बहुत सारे इकट्ठे हो गए। हम दो भाई थे, अचानक एकदम वार कर दिया हमारे पे। किस कारण से झगड़ा हुआ, विवाद क्या था? विवाद यही था कि अब हमने इसको प्यार से कह रखा था कि ये मिट्टी उड़ाता था जी, हाथ जोड़ के कह दिया था इसको कई बार। आज भी हम आराम से चुप बर्दाश्त ही कर रहे थे, फिर आज इसका हम आराम से बैठे थे, इसका वर्कर हमारे दुकान पे आ गया झगड़ा करने। फिर हमने उसको भगा दिया, भाई तू गलती भी तू कर रहा है और धमकाड़े भी हमारे को ही आया है तू आज। फिर वो चला गया, फिर शाम को फिर उन्होंने प्लान से हमारे पर अटैक कर दिया।